ਆਪ ਪਾਰਟੀ ਨੇ ਵੀ ਆਉਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਆਪਣੀ ਕਮਰ ਕੱਸ ਲਈ ਹੈ ਗੁਰਪ੍ਰੀਤ ਖੁੱਗੀ ਜੋ ਕਿ ਪੰਜਾਬੀ ਕਮੇਡੀਅਨ ਜੋ ਕਿ ਹਿੰਦੀ ਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਨੇ ਉਹਨਾਂ ਨੇ ਅੱਜ ਚੰਡੀਗੜ੍ਹ ਵਿਖੇ ਆਪ ਪਾਰਟੀ ਜੁਆਇਨ ਕਰ ਲਈ ਗੁਰਪ੍ਰੀਤ ਖੁੱਗੀ ਦਾ ਇੱਕ ਕਦਮ ਆਪ ਪਾਰਟੀ ਵਾਸਤੇ ਬਹੁਤ ਜ਼ਿਆਦਾ ਲਾਈਵਾਂ ਸਿੱਧ ਹੋਊਗਾ ਕਿਉਂਕਿ ਬਲਕਾਰ ਸਿੱਧੂ ਤੇ ਗੁਲਪਨਾਗ ਪਹਿਲੇ ਧੀ ਪਾਰਟੀ ਛੱਡ ਚੁੱਕੇ ਨੇ